ਸਰ, ਮੈਂ ਤੁਹਾਡੇ ਮਾਧਿਅਮ ਰਾਸਤੇ ਦੱਸਣਾ ਚਾਹੁੰਦਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਦੇ ਉੱਤੇ ਅੱਜ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਉੱਤੇ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਜਿਸ ਜ਼ਿਲ੍ਹੇ ਦੇ ਵਿੱਚ ਕੋਈ ਮੰਤਰੀ ਆ ਜਾਂ MLA ਆ ਉਹਦਾ ਘਿਰਾਓ ਕੀਤਾ ਜਾ ਰਿਹਾ, ਕਿਉਂਕਿ ਸਰਕਾਰ ਨੇ ਪਿਛਲੀ ਦੀਵਾਲੀ ਤੋਂ ਪਹਿਲਾਂ ਇੱਕ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਕਿ ਅਸੀਂ ਪੰਜਾਬ ਦੇ 2 ਲੱਖ NPS ਤੋਂ ਪੀੜਿਤ ਮੁਲਾਜ਼ਮਾਂ ਲਈ ਇੱਕ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਨੂੰ ਕਿ ਅੱਜ ਦੀਵਾਲੀ ਦੁਬਾਰਾ ਵਾਪਸ ਆਉਣ ਵਾਲੀ ਲਗਭਗ 2 ਸਾਲ ਹੋਣੇ ਵਾਲੇ ਆ, ਹਜੇ ਤੱਕ ਨੂੰ ਅਮਲੀ ਜਾਮਾ ਨਹੀਂ ਬਣਾਇਆ ਗਿਆ। ਇਸ ਲਈ ਅਸੀਂ ਇਸ ਰੋਸ ਦੇ ਵਿੱਚੋਂ ਵਜੋਂ ਅੱਜ ਪੂਰੇ ਪੰਜਾਬ ਦੇ ਅੰਦਰ ਮੰਤਰੀਆਂ ਦਾ ਜਾਂ MLA ਦਾ ਘਿਰਾਓ ਕਰ ਰਹੇ ਹਾਂ। ਕੀ ਹੈ ਜਿਹੜੀ ਮੰਦੀ ਹੈ ਸਰਕਾਰ ਤੋਂ, ਜੇਕਰ ਸਰਕਾਰ ਸਾਡਾ ਇਹ ਮਸਲਾ ਨਹੀਂ ਹੱਲ ਕਰਦੀ ਤਾਂ ਜੋ ਵੀ ਪੰਜਾਬ ਵਿੱਚ 4 ਜਗ੍ਹਾ ਜ਼ਿਮਨੀ ਚੋਣਾਂ ਹੋਣੀਆਂ, ਅਸੀਂ NPS ਤੋਂ ਪੀੜਿਤ ਮੁਲਾਜ਼ਮ ਉਹਨਾਂ 4 ਜ਼ਿਮਨੀ ਚੋਣਾਂ ਦੇ ਵਿੱਚ ਪੂਰੇ ਪੰਜਾਬ ਪੱਧਰ 'ਤੇ ਰੋਸ ਰੈਲੀਆਂ ਕਰਾਂਗੇ, ਧਰਨੇ ਦੇਵਾਂਗੇ, ਪਿੰਡਾਂ ਦੇ ਵਿੱਚ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ ਇਹ ਸਰਕਾਰ ਨਿਕੰਮੀ ਆ, ਲਾਰਿਆਂ ਵਾਲੀ ਆ, ਕਿਸੇ ਦਾ ਕੋਈ ਮਸਲਾ ਹੱਲ ਨਹੀਂ ਕਰ ਰਹੀ। ਪੁਰਾਣੀ ਪੈਨਸ਼ਨ ਹੈ ਕੀ? ਪੁਰਾਣੀ ਪੈਨਸ਼ਨ ਸਰ, ਜਿਸ ਤਰ੍ਹਾਂ 2004 ਤੋਂ ਪਹਿਲਾਂ ਜਿਹੜੇ ਮੁਲਾਜ਼ਮ ਭਰਤੀ ਹੁੰਦੇ ਆ ਉਹਨਾਂ ਦੇ ਉੱਤੇ NPS ਲਾਗੂ ਕਰਤੀ, ਪਰ 1972 ਦੇ ਵਿੱਚ ਸਰਕਾਰਾਂ ਨੇ ਇੱਕ ਮੁਲਾਜ਼ਮ ਨੂੰ ਬੁਢਾਪੇ ਦਾ ਸਹਾਰਾ ਦਿੱਤਾ ਸੀ ਕਿ ਜੇਕਰ ਮੁਲਾਜ਼ਮ ਆਪਣੇ ਪੂਰੀ ਜੋਬ ਕਰਕੇ ਰਿਟਾਇਰ ਹੁੰਦਾ ਤਾਂ ਉਸ ਨੂੰ ਉਹਦੀ ਤਨਖਾਹ ਵਿੱਚੋਂ ਕਟੌਤੀ ਕਰਕੇ ਉਹਦੀ ਏਜ ਵਧਾਓ, ਉਹਦੇ ਬੁਢਾਪੇ ਦੇ ਸਹਾਰੇ ਲਈ ਥੋੜ੍ਹੀ ਜਿਹੀ ਪੂੰਜੀ ਦਿੱਤੀ ਜਾਂਦੀ ਸੀ, ਜਿਸ ਨਾਲ ਕਿ ਉਹਦਾ ਬੁਢਾਪਾ ਸੁਰੱਖਿਅਤ ਹੋ ਜਾਂਦਾ ਸੀ। ਪਰ 2004 ਤੋਂ ਬਾਅਦ ਸਰਕਾਰਾਂ ਨੇ ਇਹ ਬੁਢਾਪੇ ਦਾ ਸਹਾਰਾ ਜਿਹੜਾ ਮੁਲਾਜ਼ਮਾਂ ਕੋਲ ਖੋਲਿਆ। ਜੇ ਸਰਕਾਰ ਨੇ ਗੱਲ ਨਹੀਂ ਮੰਨੀ, ਹਾਲੇ ਤੱਕ ਨਹੀਂ ਮੰਨੇ, ਤਾਂ ਤੁਹਾਨੂੰ ਅਗਲੀ ਰਣਨੀਤੀ ਕੀ ਕਹੋਗੇ ਤੁਸੀਂ? ਅਸੀਂ ਪਿੰਡਾਂ ਵਿੱਚ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲਾਰੇਬਾਜ਼ ਆ, ਲਾਰੇ ਧੋਖੇਬਾਜ਼ ਆ, ਕਿਸੇ ਦਾ ਕੋਈ ਮਸਲਾ ਨਹੀਂ ਹੱਲ ਕਰ ਰਹੀ, ਇਸ ਕਰਕੇ ਸਰਕਾਰ ਨੂੰ ਚੱਲਦਾ ਕਰੋ। ਸਰ, ਮੈਂ ਤੁਹਾਡੇ ਮਾਧਿਅਮ ਰਾਸਤੇ ਦੱਸਣਾ ਚਾਹੁੰਦਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਦੇ ਉੱਤੇ ਅੱਜ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਉੱਤੇ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਜਿਸ ਜ਼ਿਲ੍ਹੇ ਦੇ ਵਿੱਚ ਕੋਈ ਮੰਤਰੀ ਆ ਜਾਂ MLA ਆ ਉਹਦਾ ਘਿਰਾਓ ਕੀਤਾ ਜਾ ਰਿਹਾ, ਕਿਉਂਕਿ ਸਰਕਾਰ ਨੇ ਪਿਛਲੀ ਦੀਵਾਲੀ ਤੋਂ ਪਹਿਲਾਂ ਇੱਕ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਕਿ ਅਸੀਂ ਪੰਜਾਬ ਦੇ 2 ਲੱਖ NPS ਤੋਂ ਪੀੜਿਤ ਮੁਲਾਜ਼ਮਾਂ ਲਈ ਇੱਕ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਨੂੰ ਕਿ ਅੱਜ ਦੀਵਾਲੀ ਦੁਬਾਰਾ ਵਾਪਸ ਆਉਣ ਵਾਲੀ ਲਗਭਗ 2 ਸਾਲ ਹੋਣੇ ਵਾਲੇ ਆ, ਹਜੇ ਤੱਕ ਨੂੰ ਅਮਲੀ ਜਾਮਾ ਨਹੀਂ ਬਣਾਇਆ ਗਿਆ। ਇਸ ਲਈ ਅਸੀਂ ਇਸ ਰੋਸ ਦੇ ਵਿੱਚੋਂ ਵਜੋਂ ਅੱਜ ਪੂਰੇ ਪੰਜਾਬ ਦੇ ਅੰਦਰ ਮੰਤਰੀਆਂ ਦਾ ਜਾਂ MLA ਦਾ ਘਿਰਾਓ ਕਰ ਰਹੇ ਹਾਂ। ਅਗਲੀ ਰਣਨੀਤੀ ਕੀ ਹੈ ਜਿਹੜੀ ਮੰਦੀ ਹੈ ਸਰਕਾਰ ਤੋਂ, ਜੇਕਰ ਸਰਕਾਰ ਸਾਡਾ ਇਹ ਮਸਲਾ ਨਹੀਂ ਹੱਲ ਕਰਦੀ ਤਾਂ ਜੋ ਵੀ ਪੰਜਾਬ ਵਿੱਚ 4 ਜਗ੍ਹਾ ਜ਼ਿਮਨੀ ਚੋਣਾਂ ਹੋਣੀਆਂ, ਅਸੀਂ NPS ਤੋਂ ਪੀੜਿਤ ਮੁਲਾਜ਼ਮ ਉਹਨਾਂ 4 ਜ਼ਿਮਨੀ ਚੋਣਾਂ ਦੇ ਵਿੱਚ ਪੂਰੇ ਪੰਜਾਬ ਪੱਧਰ 'ਤੇ ਰੋਸ ਰੈਲੀਆਂ ਕਰਾਂਗੇ, ਧਰਨੇ ਦੇਵਾਂਗੇ, ਪਿੰਡਾਂ ਦੇ ਵਿੱਚ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ ਇਹ ਸਰਕਾਰ ਨਿਕੰਮੀ ਆ, ਲਾਰਿਆਂ ਵਾਲੀ ਆ, ਕਿਸੇ ਦਾ ਕੋਈ ਮਸਲਾ ਹੱਲ ਨਹੀਂ ਕਰ ਰਹੀ। ਪੁਰਾਣੀ ਪੈਨਸ਼ਨ ਹੈ ਕੀ? ਪੁਰਾਣੀ ਪੈਨਸ਼ਨ ਸਰ, ਜਿਸ ਤਰ੍ਹਾਂ 2004 ਤੋਂ ਪਹਿਲਾਂ ਜਿਹੜੇ ਮੁਲਾਜ਼ਮ ਭਰਤੀ ਹੁੰਦੇ ਆ ਉਹਨਾਂ ਦੇ ਉੱਤੇ NPS ਲਾਗੂ ਕਰਤੀ, ਪਰ 1972 ਦੇ ਵਿੱਚ ਸਰਕਾਰਾਂ ਨੇ ਇੱਕ ਮੁਲਾਜ਼ਮ ਨੂੰ ਬੁਢਾਪੇ ਦਾ ਸਹਾਰਾ ਦਿੱਤਾ ਸੀ ਕਿ ਜੇਕਰ ਮੁਲਾਜ਼ਮ ਆਪਣੇ ਪੂਰੀ ਜੋਬ ਕਰਕੇ ਰਿਟਾਇਰ ਹੁੰਦਾ ਤਾਂ ਉਸ ਨੂੰ ਉਹਦੀ ਤਨਖਾਹ ਵਿੱਚੋਂ ਕਟੌਤੀ ਕਰਕੇ ਉਹਦੀ ਏਜ ਵਧਾਓ, ਉਹਦੇ ਬੁਢਾਪੇ ਦੇ ਸਹਾਰੇ ਲਈ ਥੋੜ੍ਹੀ ਜਿਹੀ ਪੂੰਜੀ ਦਿੱਤੀ ਜਾਂਦੀ ਸੀ, ਜਿਸ ਨਾਲ ਕਿ ਉਹਦਾ ਬੁਢਾਪਾ ਸੁਰੱਖਿਅਤ ਹੋ ਜਾਂਦਾ ਸੀ। ਪਰ 2004 ਤੋਂ ਬਾਅਦ ਸਰਕਾਰਾਂ ਨੇ ਇਹ ਬੁਢਾਪੇ ਦਾ ਸਹਾਰਾ ਜਿਹੜਾ ਮੁਲਾਜ਼ਮਾਂ ਕੋਲ ਖੋਲਿਆ। ਜੇ ਸਰਕਾਰ ਨੇ ਗੱਲ ਨਹੀਂ ਮੰਨੀ, ਹਾਲੇ ਤੱਕ ਨਹੀਂ ਮੰਨੇ, ਤਾਂ ਤੁਹਾਨੂੰ ਅਗਲੀ ਰਣਨੀਤੀ ਕੀ ਕਹੋਗੇ ਤੁਸੀਂ? ਅਸੀਂ ਪਿੰਡਾਂ ਵਿੱਚ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲਾਰੇਬਾਜ਼ ਆ, ਲਾਰੇ ਧੋਖੇਬਾਜ਼ ਆ, ਕਿਸੇ ਦਾ ਕੋਈ ਮਸਲਾ ਨਹੀਂ ਹੱਲ ਕਰ ਰਹੀ, ਇਸ ਕਰਕੇ ਸਰਕਾਰ ਨੂੰ ਚੱਲਦਾ ਕਰੋ।